वाहिगुरु जी का खालसा श्री वाहिगुरु जी की फतेह। ये सेवा साडे हिस्से आई है भाई कन्हैया जी दे, असी उन्हां सोच ते चलदे आ जिन्हां ने रेड क्रॉस चलाया। सो सेवा करते पे सी ते ओह इत्थे भी तुहानू पता उहदे हमला होया, एक मुंडे दी बांह टुटी है साडी टीम दे, चलदियां रहणगियां जे सानू कल नू तुसी जिथे लोड़ पऊगी, जे इन्हां नू भी लोड़ पऊ परले पासे बैठे नू तां असी उत्थे जाके भी पट्टी करके आवांगे। साडा किसे नाल वैर विरोध नहीं है। ਸਾਡਾ ਯੂਕਰੇਨ ਦੇ ਵਿੱਚ ਵੀ ਡਾਕਟਰ ਸਾਹਿਬ ਜਾ ਕੇ ਆਏ, ਯੂਕਰੇਨ 'ਚ ਵੀ ਚੱਲਦੇ ਆ ਸਾਡੇ ਕੈਂਪ, ਸਾਡੇ ਕੈਂਪ ਇੱਥੇ ਵੀ ਚੱਲਦੇ ਆ। ਸਾਡੇ ਕੈਂਪ ਜੇ ਇਹ ਕਹਿਣਗੇ, ਸਰਕਾਰ ਕਹੂਗੀ ਵੀ ਉੱਧਰ ਲਾ ਦਿਓ, ਜਦੋਂ ਦਿੱਲੀ ਦੇ ਵਿੱਚ ਕਰੋਨਾ ਵੀ ਕਹਿਤਾ ਸੀ ਉਦੋਂ ਵੀ ਧਰਨੇ ਨੂੰ ਖਤਮ ਕਰਨ ਦੇ ਵਾਸਤੇ, ਅਤੇ ਕਰੋਨਾ ਬਹੁਤ ਚੱਲਦਾ ਤਾਂ ਕਰੋਨਾ ਦੀ ਵੀ ਜਾ ਕੇ ਸੇਵਾ ਕੀਤੀ ਆ ਉਦੋਂ, ਕਿਉਂਕਿ ਡਾਕਟਰ ਉਹ ਇੱਕ ਸ਼ਹਿਰ ਦਾ ਨਾਮ ਆ ਜਿਹੜਾ ਰੱਬ ਤੋਂ ਨੇੜੇ ਰੱਬ ਦੇ ਨਾਲ ਲੱਗ ਕੇ ਕੰਮ ਕਰਦਾ। ਆਪਾਂ ਕਹਿੰਦੇ ਰੱਬ ਤੋਂ ਬਾਅਦ ਡਾਕਟਰ ਹੀ ਹੈ ਜਿਹੜਾ ਬੰਦੇ ਨੂੰ ਬਚਾ ਲੈਂਦਾ। सेवा करो। अच्छा नाल पढ़ाई है साड़ी, साड़ियां मंगा जायज होनिया चाहिदियां, ज्यादा मैं इन्हां चीज़ां ते नहीं बोलना, पर साड़ियां मंगा जायज होनिया चाहिदियां। नजायज मंग आ बिजली माफ दे, मैं कहना अज वापस लै लैन कोई गल नहीं, सानू नौकरियां दे देन, बिजली दा भला दी रेट दुगना करके साथों मंग लैन। जे साडे कल्ले कल्ले कोले नौकरी होई सानू लोड़ नहीं आ, सानू कारपोरेट घराने नहीं चाहिदे आ, ना ही सानू इह चीज़ां चाहिदियां ने। ਸਾਨੂੰ ਚਾਹੀਦੀ ਹੈ ਕੋਆਪਰੇਟਿਵ ਫਾਰਮਿੰਗ। ਕੋਆਪਰੇਟਿਵ ਫਾਰਮਿੰਗ ਮਤਲਬ ਜਿਹੜੀ ਸਾਡੀ ਚੀਜ਼ ਅਸੀਂ ਬਣਾਈਏ, ਜਿਵੇਂ ਪੈਕਟਾਂ 'ਚ ਭਰ ਭਰ ਵੇਚਦੇ ਆ ਨਾ, ਜੇ ਕਿਸਾਨ ਪੈਕਟਾਂ 'ਤੇ ਭਰ ਭਰ ਕੇ ਵੇਚਣ 'ਤੇ ਆ ਗਿਆ, ਜਿਹੜੇ ਕਹਿੰਦੇ ਕਿ ਇਹ ਕਿਸਾਨ ਨਹੀਂ ਆ, ਇਹ ਤਾਂ ਪਤਾ ਨਹੀਂ ਕੌਣ ਬੈਠੇ ਆ, ਜੇ ਇਹਨਾਂ ਨੇ ਇੱਕ ਪਿੰਡ ਨੇ ਵੀ ਏਕਾ ਕਰ ਲਿਆ ਵੀ ਅਸੀਂ ਫਸਲ ਵੇਚਣੀ ਨਹੀਂ, ਅਸੀਂ ਤਾਂ ਪੈਕਟਾਂ 'ਚ ਭਰ ਭਰ ਵੇਚਾਂਗੇ, 300 ਰੁਪਏ ਕਿਲੋ ਆਟਾ ਨਹੀਂ ਮਿਲਣਾ ਤੁਹਾਨੂੰ। ਇਹ ਤਾਂ ਕਿਸਾਨ ਦਾ ਦਿਲ ਵੱਡਾ ਟਰਾਲੀ ਭਰ ਕੇ ਮੰਡੀ 'ਤੇ ਸਿੱਟਿਆ ਆਉਂਦਾ, ਆ ਇੱਕ ਸ਼ਰਟ ਲੈਣੀ ਹੁੰਦੀ ਆ ਪੈਕਟ 'ਚ ਪਾ ਕੇ ਤੁਸੀਂ ਰੇਟ ਲੈ ਕੇ ਆਉਂਦਾ ਵੀ 2200 ਨੂੰ ਆ, 1500 ਨੂੰ ਆ, 1800 ਨੂੰ ਆ, ਅਤੇ ਜੇ ਕਿਸਾਨ ਨੇ ਕਿਲੋ ਕਿਲੋ ਕਣਕ ਭਰ ਕੇ ਵੇਚਣੀ ਸਟਾਰਟ ਕਰਤੀ, 300-300 ਰੁਪਏ ਕਿਲੋ ਵੀ ਝੋਣੀ C2+50 ਆ। ਸਾਰੇ ਮੁੰਡੇ ਪੜ੍ਹੇ ਲਿਖੇ ਖੜੇ ਆ ਬਾਈ, ਜ਼ਰੂਰ ਪੜ੍ਹਿਆ ਕਰੋ, ਬਾਅਦ 'ਚ ਕੋਈ ਪੱਤਰਕਾਰ ਆ ਕੇ ਪੁੱਛਦਾ ਹੁੰਦਾ ਸਵਾਲ ਤਾਂ ਮੈਨੂੰ ਤਾਂ ਪੱਤਰਕਾਰ 'ਤੇ ਵੀ ਹਰਖ ਹੁੰਦਾ ਜਿਹੜਾ ਮੋਰਚੇ 'ਚ ਆ ਕੇ ਪੁੱਛੇ ਆ C2+50 ਕੀ ਹੈ ਜੀ, ਕਿਉਂ ਤੂੰ ਪੜ੍ਹ ਕੇ ਨਹੀਂ ਆਇਆ, ਕਮਰਸ ਨਹੀਂ ਪੜ੍ਹੀ ਕਿਤੇ, +1+2 ਚ ਕਮਰਸ ਲੱਗ ਜਾਂਦੀ ਆ ਸਾਨੂੰ, ਹੋਮ ਸਾਇੰਸ ਦੇ ਵਿੱਚ ਵੀ ਇਹ ਸਬਜੈਕਟ ਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ, ਤਾਂ ਫਾਰਮੂਲੇ ਨੇ ਯਾਰ ਜਿਹੜੇ ਸਾਨੂੰ ਚਾਹੀਦੇ, ਫਾਰਮੂਲਿਆਂ ਦੇ ਆਧਾਰ ਤੇ ਦਿਓ ਸਾਨੂੰ। ਸਾਨੂੰ ਚਾਹੀਦੀ ਹੈ ਜਿੰਨੀ ਸਾਡਾ MSP ਮਿਨੀਮਮ ਸਪੋਰਟ ਪ੍ਰਾਈਸ ਆ, ਮਤਲਬ ਉਹਦੇ ਉੱਤੇ 1.5 ਗੁਣਾ ਚਾਹੀਦਾ। 1.5 ਗੁਣਾ ਮਤਲਬ ਕਿਉਂ ਚਾਹੀਦਾ, ਲਾਗਤ ਫਸਲ ਦੀ, ਉਸ ਤੋਂ ਬਾਅਦ ਉਹਦਾ ਮੰਡੀਕਰਨ, ਉਹਨੂੰ ਸਾਂਭ ਕੇ ਰੱਖਣਾ, 6 ਮਹੀਨਿਆਂ ਦਾ ਵੇਟ ਕਰਨਾ, ਉਹਦੀ ਤਾਂ ਲਾਗਤ, ਉਹ ਵੀ ਤਾਂ ਦੇਖੋ ਨਾ ਯਾਰ, ਵੇਟ ਕਰੀ ਜਾਂਦਾ ਹੁਣ ਫਸਲ ਦੇ, ਵੇਟ ਕਰੀ ਜਾਂਦੇ ਲਾ ਲਾ ਪਾਣੀ, ਤੁਸੀਂ ਤਾਂ ਵੀ ਕਿਸਾਨ ਨਾ ਆ ਜਾਣ ਤੇ ਸਿੱਟ ਦੀ ਫਸਲ, ਇਹਦਾ ਇਹਦੀ ਕੌਣ ਦੇਊਗਾ ਮੁਆਵਜ਼ਾ, ਕਿਸੇ ਦਾ ਕਿਸਾਨ ਦੀ ਹੈਗੀ ਹੈ ਵੀ ਤਾਂ ਫਸਲ, ਰੱਬ ਨੇ ਵੀ ਗੜੇ ਸਿੱਟ ਦੇਣੇ ਆ, ਫਿਰ ਫਸਲ ਮਰ ਜਾਣੀ ਹੈ, ਜਦ ਫਿਰ ਦੇਖਦਾ ਤਾਂ ਦੇਖਦਾ ਰਹਿੰਦਾ। ਅੱਜ ਕਾਰਪੋਰੇਟ ਬਣ ਗਿਆ, ਅੱਜ ਅਡਾਨੀ ਕਹਿੰਦਾ ਮੈਂ 3ਜੇ ਨੰਬਰ 'ਤੇ ਆ ਜਾਂ 4ਥੇ ਨੰਬਰ 'ਤੇ ਆ ਅਮੀਰਾਂ 'ਚੋਂ, ਜਾਂ ਫੋਨ ਬਣਾਉਣ ਦੀ ਕੀਮਤ 50,000 ਬਣੀ ਆ, ਤਾਂ 50,000 ਦੇ ਵਿੱਚ 40,000 ਯੋਗਦਾਨ ਤਾਂ ਕਿਸਾਨ ਦਾ ਅਤੇ ਮਜ਼ਦੂਰ ਦਾ ਪਾਇਆ ਨਾ, ਉਹਨੇ ਬਣਾਉਣ 'ਤੇ ਕਿੰਨਾ ਜੋੜ ਲਾਇਆ, ਉਹ ਦੇਣਾ ਤੁਸੀਂ 10,000 ਮਹੀਨੇ ਦਾ, ਉਹੀ 300-400 ਰੁਪਇਆ ਵੀ ਉਹਦੇ ਬ੍ਰੈਡ ਬਰੁੱਡ ਬਣ ਗਿਆ, ਕਹਿੰਦੇ ਪੀਜ਼ੇ ਖਾਂਦੇ ਬਰਗਰ ਖਾਂਦੇ, ਤੁਸੀਂ ਗੱਤਾ ਖਾ ਲਿਆ ਕਰੋ, ਅਸੀਂ ਪੀਜ਼ੇ ਬਰਗਰ ਖਾ ਲਿਆ ਕਰਾਂਗੇ, ਤਾਂ ਗੱਤਾ ਹੀ ਬਣਾਉਂਦਾ ਤੁਹਾਡੀਆਂ ਫੈਕਟਰੀਆਂ, ਗੰਦ ਹੀ ਪਾਉਂਦੇ, ਤੁਸੀਂ ਗੰਦ ਖਾ ਲਿਓ, ਫਿਰ ਅਸੀਂ ਤਾਂ ਪੀਜ਼ੇ ਵੀ ਖਾਲਾਂਗੇ, ਬਰਗਰ ਵੀ ਖਾਲਾਂਗੇ, ਤਾਂ ਕਣਕ ਵੀ ਸਾਡੀ ਆ, ਇੱਕ ਸਾਲ ਨਾ ਵੇਚੀ ਨਾ ਫਸਲ ਤਾਂ ਕਹਿੰਦਾ ਧੂੰਆਂ ਨਿਕਲ ਜੂ, ਇੰਨੀ ਫਸਲ ਇਹਨਾਂ ਕੋਲ, ਇੰਨੀ ਚੂਹੇ ਖਾ ਖਾ ਮਰੀ ਜਾਂਦੇ ਆ, ਉਹ ਜਿਹੜੀ ਫਸਲ ਇਹਨਾਂ ਕੋਲ ਜਿਹੜੀ ਸ਼ੈਡਾਂ ਦੇ ਵਿੱਚ ਰੱਖਦੇ, ਸ਼ੈਡਾਂ ਦੇ ਵਿੱਚ ਰੱਖਦੇ, ਸਮਝਣਾ ਸਾਨੂੰ ਪੈਣਾ, ਪਰ ਅਸੀਂ ਡਿਮਾਂਡ ਕੀ ਰੱਖਣੀ ਆ, ਇੱਕ ਬੰਦੇ ਦਾ ਪਰਿਵਾਰ ਦਾ ਵਿੱਤੀ ਹਾਲਾਤ ਉਦੋਂ ਮਾੜਾ ਹੁੰਦਾ ਜਦੋਂ ਇੱਕ ਬੱਚਾ ਪੜ੍ਹਾਉਣ ਵਾਲਾ ਹੋਵੇ ਤੇ ਇੱਕ ਮਰੀਜ਼ ਘਰੇ ਪਿਆ ਹੋਵੇ, ਹਰ ਇੱਕ ਘਰੇ ਮਰੀਜ਼ ਆ ਤੇ ਹਰ ਇੱਕ ਘਰੇ 2-2, 3-3 ਬੱਚੇ ਜਿਹੜੇ ਪੜ੍ਹਾਉਂਦੇ ਆ, ਤਾਂ ਕਰਕੇ ਕਰਜ਼ੇ ਚੜ੍ਹੇ ਸਾਡੇ 'ਤੇ। ਤੁਸੀਂ ਕਹਿੰਦੇ ਹੋ ਕਰਜ਼ੇ ਕਿਉਂ ਚੜ੍ਹੇ ਆ, ਕਿਸਾਨ ਕਰਜ਼ਾ ਕਿਉਂ ਚੱਕਦਾ, 18-20 ਲੱਖ ਦੀ ਗੱਡੀ ਲੈਂਦੇ ਆ, 4.5-5 ਲੱਖ ਰੁਪਈਆ ਟੈਕਸ ਲੱਗ ਜਾਂਦਾ, ਉੱਤੋਂ ਤੁਸੀਂ 50-50 ਕਿਲੋਮੀਟਰ ਦੇ ਜਿਹੜੇ ਟੋਲ ਟੈਕਸ ਲਾ ਛੱਡੇ ਆ। ਕਿਸੇ ਨੇ ਪੁੱਛਿਆ ਵੀ ਇਹਦਾ ਟੋਲ ਟੈਕਸ ਜਿਹੜਾ ਲਾਇਆ ਵੀ ਇਹਦਾ ਸਾਨੂੰ ਨੁਕਸਾਨ ਕੀ ਆ, ਜਾਂ ਕਿੰਨੇ ਟਾਈਮ ਬਾਅਦ ਇਹ ਟੋਲ ਟੈਕਸ ਫ੍ਰੀ ਹੋਣਾ ਚਾਹੀਦਾ, ਪੱਕੇ ਤੌਰ ਤੇ ਕੋਈ ਨਹੀਂ ਪੁੱਛਦਾ। ਕਿਉਂ ਸਾਨੂੰ ਪੜ੍ਹਾਈ ਨਹੀਂ ਦਿੱਤੀ, ਸਾਡੇ ਬੱਚੇ ਕਹਿੰਦੇ ਆ ਬਸ +2 ਕਰ ਲਈ ਆ ਅਸੀਂ ਬਾਹਰ ਰੁਕਣਾ ਜੀ, ਜੇ ਪੜ੍ਹਾਈ ਸਾਡੇ ਬੱਚੇ ਦੀ ਪੜ੍ਹਾਈ ਹੋਈ ਸਾਡੇ ਤੇ ਕੰਮ ਨਹੀਂ ਨਾ ਆਈ, ਡਾਂਗਾ ਖਾਈ ਜਾਵਾਂਗੇ ਸਾਰੀ ਜ਼ਿੰਦਗੀ। ਇਹਨਾਂ ਬੰਦਿਆਂ ਨੇ ਸਾਨੂੰ ਇਹ ਨਹੀਂ ਕੰਮਾਂ ਤੇ ਰੱਖਣਾ, ਇਹ ਇਹਨਾਂ ਦੀਆਂ ਘਾਟਾਂ ਨੇ
ਇਹ ਸਾਡੀਆਂ ਵੀ ਘਾਟਾਂ ਨੇ ਕਿ ਅਸੀਂ ਉਹਨਾਂ ਨੂੰ ਪੁੱਛਦੇ ਨਹੀਂ ਕਿ ਤੂੰ ਆ ਜਾ ਪਹਿਲਾਂ ਤੂੰ ਦੱਸ ਜਿਹੜਾ ਸਾਡਾ ਸਿਹਤ ਸਹੂਲਤਾਂ ਜਿਹੜੀ ਸਾਨੂੰ ਸਿਹਤ ਮਿਲਦੀ ਆ ਇਹ ਤਾਂ ਹਿਊਮਨ ਰਾਈਟਸ ਆ ਸਾਨੂੰ ਮਨੁੱਖੀ ਅਧਿਕਾਰ ਆ ਸਾਡਾ ਕਿ ਸਾਡੀ ਸਿਹਤ ਸਹੀ ਰਹੇ ਸਾਡੇ ਮਨੁੱਖੀ ਅਧਿਕਾਰਾਂ ਤੇ ਡਾਕੇ ਕਿਉਂ ਵੱਜਦੇ ਆ ਅੱਜ ਹਸਪਤਾਲਾਂ ਦੇ ਵਿੱਚ ਇਲਾਜ ਜੇ ਕਰਵਾਉਣ ਜਾਵੜੀਏ ਸਰਕਾਰੀ ਦੇ ਵਿੱਚ ਤੁਸੀਂ ਪਾਤਰਾਂ ਜਾਵੜੇ ਪਾਤਰਾਂ ਕੋਈ ਮਿਲਣਾ ਨਹੀਂ ਤੁਹਾਨੂੰ ਕਹਿਣਗੇ ਇਹਨੂੰ ਜੀ ਪਟਿਆਲੇ ਨੂੰ ਰੈਫਰ ਕਰ ਦਿਓ ਪਟਿਆਲੇ ਜਾਵੜੋ ਜਾਂਦੇ ਜਾਂਦੇ ਪੇਸ਼ੈਂਟ ਹੀ ਪੂਰੇ ਕਰ ਲੈਂਦੇ ਹਾਂ ਅਸੀਂ ਕਿੰਨੇ ਤੇ ਇਹਨਾਂ ਸਰਕਾਰ ਇਹ ਸਰਕਾਰ ਤੋਂ ਉਮੀਦ ਸੀ ਕਿਉਂਕਿ ਇੱਥੇ ਪਹਿਲਾਂ ਕੋਈ ਹੈ MBBS MD ਡਾਕਟਰ ਆਇਆ ਜਿਹੜਾ ਸਿਹਤ ਮੰਤਰੀ ਬਣਿਆ ਤੇ ਪਰ ਇਹਨਾਂ ਨੇ ਦਰਕਾਰ ਹੈ ਇਹਨਾਂ ਦੇ ਕਿ ਬੋਲ ਨਹੀਂ ਪਾਏ ਇਸ ਚੀਜ਼ਾਂ ਤੇ ਐਜੂਕੇਸ਼ਨ ਅਨਪੜ੍ਹ ਬੰਦੇ ਨੂੰ ਤੁਸੀਂ ਐਜੂਕੇਸ਼ਨ ਮਿਨਿਸਟਰ ਬਣਾ ਛੱਡਿਓ ਸਾਨੂੰ ਕੀ ਦੇ ਦੂ ਪੜ੍ਹਾਈ ਦਾ ਮੰਤਰੀ ਸਾਡਾ ਅਨਪੜ੍ਹ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰਨਾ ਮੈਂ ਹੁਣ ਵਾਲਿਆਂ ਦੀ ਨਹੀਂ ਗੱਲ ਕਰਦਾ ਸ਼ਾਇਦ ਹੁਣ ਵਾਲਾ ਬਾਬਾ ਪੜ੍ਹਿਆ ਹੋਵੇ ਪਰ ਮੈਂ ਗੱਲ ਕਰਦਾ ਪਹਿਲਾਂ ਵਾਲਿਆਂ ਦੀ ਪਹਿਲਾਂ ਵਾਲੇ ਵੀ ਤਾਂ ਸਾਡੇ 'ਚੋਂ ਨਿਕਲੇ ਸੀ ਪਰ ਸਾਡੀ ਡਿਮਾਂਡ ਨਹੀਂ ਸਹੀ ਸੀ ਸਾਨੂੰ ਸੀਗਾ ਨਹੀਂ ਜੀ ਆਹ ਵੀ ਮਾਫ਼ ਹੋ ਜੇ ਉਹ ਵੀ ਮਾਫ਼ ਹੋ ਜੇ ਨਹੀਂ ਜੀ ਸਾਨੂੰ ਚਾਹੀਦੀ ਪੜ੍ਹਾਈ ਮਾਫ਼ ਸਾਨੂੰ ਚਾਹੀਦਾ ਸਿਹਤ ਸਹੂਲਤ ਮਾਫ਼ ਸਾਨੂੰ ਚਾਹੀਦੀ ਆ ਜਿਹੜੀ MBBS MD ਡਾਕਟਰਾਂ ਦੇ ਬਣਨ ਲਈ ਕਾਲਜ ਨਵੇਂ ਖੁੱਲ੍ਹਣ ਪੰਜਾਬ 'ਚ ਸਾਡੇ ਜਵਾਕ ਡਾਕਟਰ ਬਣਨ ਜਿਹੜੀਆਂ 50-60 ਲੱਖ ਫੀਸਾਂ ਚੱਕ ਕੇ ਅਸੀਂ ਡਾਕਟਰ ਬਣਾਉਂਦੇ ਹਾਂ ਉਹ ਫੀਸਾਂ ਜੀਰੋ ਹੋਣ ਗਰੀਬ ਦਾ ਪੁੱਤ ਵੀ ਉੱਥੇ ਪੜ੍ਹੇ ਅਮੀਰ ਦਾ ਪੁੱਤ ਵੀ ਉੱਥੇ ਪੜ੍ਹੇ ਅਤੇ ਇਹ ਇੱਕ ਰੂਲ ਬਣਨਾ ਚਾਹੀਦਾ ਜਿਹੜਾ ਉਸ ਅਧਿਕਾਰਿਤ ਚਿਹਰੇ ਜਿਹੜੇ ਸਾਡੇ ਕੁਰਸੀਆਂ 'ਤੇ ਬੈਠੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਤੇਰਾ ਪੁੱਤ ਕਿਹੜੇ ਸਰਕਾਰੀ ਸਕੂਲ 'ਚ ਪੜ੍ਹਿਆ ਕਿਹੜੇ ਸਰਕਾਰੀ ਹਸਪਤਾਲ 'ਚ ਤੇਰਾ ਇਲਾਜ ਹੋਇਆ ਆਪਦੇ ਤਾਂ ਇਹ ਬਾਹਰ ਜਾ ਕੇ ਕਰਵਾ ਲੈਂਦੇ ਆ ਰੋਣਾ ਤਾਂ ਸਾਨੂੰ ਪੈਂਦਾ ਨਾ ਇੱਕ MLA ਅਧਿਕਾਰਿਤ ਚਿਹਰੇ ਉਹ ਅਧਿਕਾਰ ਆ ਉਹਨਾਂ ਨੂੰ ਇੱਕ ਸਿਕਿਉਰਿਟੀ ਵਾਲਾ ਲੈ ਕੇ ਘੁੰਮ ਸਕਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਉਹ ਆਮ ਲੋਕ ਨੇ ਉਹਨਾਂ ਦੇ ਪਰਿਵਾਰ ਤਾਂ ਆਮ ਨੇ ਨਾ ਉਹਨਾਂ ਦੇ ਕੋਲੇ ਤਾਂ ਕੋਈ ਗੱਦੀ ਨਹੀਂ ਆ MLA ਕੋਲੇ ਆ ਉਹਨਾਂ ਨੂੰ ਸਿਕਿਉਰਿਟੀ ਆ ਉਹਨਾਂ ਦੇ ਬੱਚੇ ਸੇਫ ਆ ਸਾਡੇ ਬੱਚੇ ਸ਼ੁਭ ਕਰਨ ਵਰਗੇ ਇੱਥੇ ਮਰ ਗਏ ਉਹਨਾਂ ਦੀ ਸਿਕਿਉਰਿਟੀ ਦਾ ਜ਼ਿੰਮੇਦਾਰ ਕੌਣ ਆ ਕੀ ਇਹ ਕੋਈ ਜ਼ਿੰਮੇਦਾਰੀ ਚੱਕਦੇ ਨੇ ਕਿ ਜਿੰਨੇ ਅੱਜ ਦੇ ਮਿਨਿਸਟਰ ਨੇ ਜਾਂ ਵਿਰੋਧੀ ਧਿਰ ਨੇ ਕੋਈ ਉਹ ਇਹ ਜ਼ਿੰਮੇਦਾਰੀਆਂ ਚੱਕਦੇ ਨੇ ਇਨਸਾਨੀਅਤ ਤੌਰ ਤੇ ਮੈਂ ਇਹ ਬੋਲ ਰਿਹਾ ਕਿ ਇਹ ਜ਼ਿੰਮੇਦਾਰੀ ਚੱਕਦੇ ਨੇ ਆਮ ਬੰਦਾ ਜਿਹੜਾ ਇੱਥੇ ਧਰਨੇ 'ਚ ਆਇਆ ਕਿ ਇਹਨੂੰ ਸੜਕ 'ਤੇ ਜਾਂਦੇ ਨੂੰ ਜੇ ਉਹਦੀ 25-30 ਸਾਲ ਆ ਤਾਂ ਕੋਈ ਉਹਨੂੰ ਉਹਦੇ ਨਾਲ ਦੁਰਘਟਨਾ ਨਹੀਂ ਹੋਊਗੀ ਜਾਂ ਇਹ ਜ਼ਿੰਮੇਦਾਰੀ ਚੱਕਦੇ ਨੇ ਜਿਹੜੀਆਂ ਗੋਲੀਬਾਰੀ ਡੇਲੀ ਕੋਈ ਨਾ ਕੋਈ ਗੈਂਗਵਾਰ ਹੋ ਕੇ ਬੰਦਾ ਮਰ ਜਾਂਦਾ ਮੁੰਡਾ ਮਰ ਜਾਂਦਾ ਉਹਦੀ ਜ਼ਿੰਮੇਦਾਰੀ ਚੱਕਦੇ ਨੇ ਕਿ ਪੰਜਾਬ 'ਚ ਬੰਦ ਹੋਊਗਾ ਤੁਸੀਂ ਰਾਤ ਬਰਾਤੇ ਵੀ ਕੁੜੀ ਬਾਹਰ ਜਾਊਗੀ ਤਾਂ ਸੇਫ ਆ ਇਹ ਜ਼ਿੰਮੇਦਾਰੀ ਚੱਕਣਗੇ ਐਡੀ ਸਾਡੀਆਂ ਧੀਆਂ ਭੈਣਾਂ ਨੂੰ ਅਸੀਂ ਪਲੱਸ 2 ਤੋਂ ਬਾਅਦ ਪੜ੍ਹਾਉਣਾ ਬੰਦ ਕਰਵਾਤਾ ਇਹ ਘਾਟ ਸਾਡੇ 'ਚ ਨਹੀਂ ਇਹ ਸਿਸਟਮ 'ਚ ਘਾਟ ਆ ਸਿਸਟਮ 'ਚ ਘਾਟ ਸੀਗੀ ਪਰ ਅਸੀਂ ਉਹਨਾਂ ਤੋਂ ਸਵਾਲ ਨਹੀਂ ਪੁੱਛਿਆ ਇਹ ਘਾਟ ਸਾਡੇ 'ਚ ਵੀ ਆ ਗਈ ਧੀਆਂ ਪੁੱਤ ਸਾਡੇ ਬੱਚੇ ਤੁਹਾਡੇ ਅਸੀਂ ਪੋਤਾਂ ਅਸੀਂ ਉੱਥੇ ਜਾ ਕੇ ਵੀ ਬੁਲੰਦੀਆਂ ਦੇ ਵਿੱਚ ਝੰਡੇ ਗੱਡੇ ਹੋਏ ਆ ਉਹਨਾਂ ਪੋਜੀਸ਼ਨਾਂ 'ਤੇ ਬੈਠੇ ਹਾਂ ਜਿਹੜੀਆਂ ਪੋਜੀਸ਼ਨਾਂ ਸਾਨੂੰ ਇੰਡੀਆ 'ਚ ਨਹੀਂ ਮਿਲੀਆਂ ਸਾਡੇ ਆਪਣੇ ਦੇਸ਼ 'ਚ ਨਹੀਂ ਮਿਲੀਆਂ ਕਿਉਂ ਕਿਉਂਕਿ ਇੱਥੋਂ ਦਾ ਸਿਸਟਮ ਗਰਕਿਆ ਹੋਇਆ ਉੱਥੋਂ ਦਾ ਸਿਸਟਮ ਸਹੀ ਆ ਇਹ ਸਿਸਟਮ ਨੂੰ ਸਹੀ ਕਰਨਾ ਪੜ੍ਹਾਈ ਦੇਣੀ ਪੈਣੀ ਆ ਇਹ ਸਿਸਟਮ ਨੂੰ ਸਹੀ ਕਰਨਾ ਪੈਣਾ ਇਹਨਾਂ ਦੀ ਸਿਹਤ ਸਹੀ ਹੋਣੀ ਚਾਹੀਦੀ ਆ ਇਹ ਸਿਸਟਮ ਸਹੀ ਕਰਨਾ ਜੇ ਕਿਸਾਨ ਨੂੰ ਤੁਸੀਂ ਉੱਪਰ ਉਠਾਤਾ ਉਹਨਾਂ ਦੀ ਆਮਦਨ ਦੁੱਗਣੀ ਕਰਵਾਤੀ ਤਾਂ ਸਿਸਟਮ ਬਚ ਜਾਊਗਾ ਨਹੀਂ ਭੁੱਲ ਜਿਓ ਤੁਹਾਨੂੰ 300-400 ਰੁਪਏ ਕਿਲੋ ਵੀ ਅੱਜ ਤੋਂ 2027 ਦੇ ਵਿੱਚ ਕਣਕ ਮਿਲ ਗਈ ਜਾਂ ਖਾਣ ਨੂੰ ਦਾਣਾ ਮਿਲ ਗਿਆ